ਸੰਗਰੂਰ ਦੇ ਧੂਰੀ ਵਿਖੇ ਸਥਿਤ ਯੂਨੀਵਰਸਿਟੀ ਕਾਲਜ ਕੈਂਪਸ ਦਾ ਦੌਰਾ MP ਭਗਵੰਤ ਮਾਨ ਦੁਆਰਾ ਕੀਤਾ ਗਿਆ। ਉਹਨਾਂ ਨੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਇਸ ਮੌਕੇ ਤੇ ਭਗਵੰਤ ਮਾਨ ਨੇ ਕਾਲਜ ਦੀ ਲਾਇਬ੍ਰੇਰੀ ਵਿੱਚ ਕਿਤਾਬਾਂ ਦੇ ਲਈ MP ਕੋਟੇ ਚੋਂ 20,000 ਰੁਪਏ ਦੀ ਗ੍ਰਾਂਟ ਅਤੇ ਲਾਇਬ੍ਰੇਰੀ ਦੀ ਬਿਲਡਿੰਗ ਬਣਾਉਣ ਲਈ 5,00,000 ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਕਾਲਜ ਜਦੋਂ ਬਣ ਰਿਹਾ ਸੀ ਉਦੋਂ 1.5 ਕਰੋੜ ਰੁਪਇਆ ਜਾਰੀ ਕੀਤਾ ਗਿਆ ਸੀ, ਜੋ ਚੋਣਾਂ ਦੇ ਕਾਰਨ ਵਾਪਸ ਸਰਕਾਰ ਕੋਲ ਚਲਿਆ ਗਿਆ ਸੀ। ਉਹ ਖਜ਼ਾਨਾ ਮੰਤਰੀ ਨਾਲ ਗੱਲ ਕਰਕੇ ਵਾਪਸ ਦਵਾਇਆ ਜਾਵੇਗਾ। ਨਵਾਂ ਕਾਲਜ ਬਣਿਆ, 3ਜਾ ਸਾਲ ਹੈ ਅਤੇ ਸਟਾਫ ਬਹੁਤ ਅੱਛਾ ਹੈ। ਪ੍ਰਿੰਸੀਪਲ ਸਾਹਿਬ ਬੜੇ ਉਹਨਾਂ ਦੀ ਅਗਵਾਈ ਦੇ ਵਿੱਚ, ਸਿੱਧੂ ਸਾਹਿਬ, ਡਾਕਟਰ ਸਿੱਧੂ ਸਾਹਿਬ ਦੀ ਅਗਵਾਈ 'ਚ ਬੜਾ ਅੱਛਾ ਚੱਲ ਰਿਹਾ ਅਤੇ ਸਟਰੈਂਥ ਬਹੁਤ ਵੱਧ ਰਹੀ ਹੈ ਅਤੇ ਅਗਲੇ ਫਿਊਚਰ ਦੇ ਵਿੱਚ ਵੀ ਬਹੁਤ ਸਟਰੈਂਥ ਵਧਣ ਦਾ ਜਿਹੜਾ ਚਾਂਸ ਨੇ। ਔਰ ਇਨਫਰਾਸਟ੍ਰਕਚਰ ਦੀ ਘਾਟ ਹੈ, ਕੰਟੀਨ ਹੈ ਨਹੀਂ, ਇੱਕ ਕਲਾਸਰੂਮ ਚੱਲ ਰਹੀ ਹੈ, ਕਾਮਨ ਰੂਮਸ ਜਿਹੜੇ ਬੋਇਜ਼ ਐਂਡ ਗਰਲਸ ਦੇ ਕਲਾਸ ਚੱਲ ਰਹੇ ਨੇ, ਕੰਪਿਊਟਰ ਲੈਬਸ ਹੈ ਨਹੀਂ, ਕੰਪਿਊਟਰ ਹੈ ਨਹੀਂ, ਲਾਇਬ੍ਰੇਰੀ 'ਚ ਕਿਤਾਬਾਂ ਦੀ ਘਾਟ ਹੈ। ਸੋ ਮੈਂ ਅੱਜ ਦੇਖਣ ਆਇਆ ਸੀ ਇੱਥੇ ਅਤੇ ਲਾਇਬ੍ਰੇਰੀ ਦੀ ਬਿਲਡਿੰਗ ਵਾਸਤੇ ਮੈਂ 5,00,000 ਰੁਪਇਆ MP ਲੈਟਸ 'ਚੋਂ ਜਾਰੀ ਕਰ ਰਿਹਾ। 20,000 ਰੁਪਏ ਦੀਆਂ ਕਿਤਾਬਾਂ, ਜੋ ਮੈਕਸੀਮਮ MP ਲੈਟਸ ਦੀ ਪ੍ਰੋਵੀਜ਼ਨ ਹੈ ਕਿ ਕਿਸ ਇੱਕ ਵਿੱਦਿਅਕ ਅਦਾਰੇ ਨੂੰ ਤੁਸੀਂ 20,000 ਰੁਪਏ ਦੀਆਂ ਕਿਤਾਬਾਂ ਦੇ ਸਕਦੇ ਹੋ, ਉਹ ਮੈਂ ਜਾਰੀ ਕਰ ਰਿਹਾ ਅਤੇ ਜਿਹੜੀਆਂ ਵੀ ਕਿਤਾਬਾਂ ਇਹਨਾਂ ਕੋਲ ਘਾਟ ਹੈ ਉਹ ਆਪਣੀ ਖੁਦ ਖਰੀਦ ਲੈਣਗੇ। ਅਤੇ ਬਾਕੀ 1.5 ਕਰੋੜ ਰੁਪਏ ਇਸ ਕਾਲਜ ਦਾ, ਜਦੋਂ ਇਹ ਬਣ ਰਿਹਾ ਸੀ ਤਾਂ ਅਚਾਨਕ ਇਲੈਕਸ਼ਨ ਆ ਗਈ, ਸਰਕਾਰ ਬਦਲ ਗਈ ਅਤੇ 1.5 ਕਰੋੜ ਰੁਪਇਆ ਬਚਿਆ ਪਿਆ, ਉਹ ਵਾਪਸ ਚਲਾ ਗਿਆ ਗੌਰਮੈਂਟ ਕੋਲ। ਅਤੇ ਮੈਂ ਪੰਜਾਬ ਦੇ ਖਜ਼ਾਨਾ ਮੰਤਰੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਹੋਰਾਂ ਨਾਲ ਗੱਲ ਕਰਕੇ ਉਹ 1.5 ਕਰੋੜ ਰੁਪਏ ਇਹਨਾਂ ਨੂੰ ਵਾਪਸ ਦਵਾ ਕੇ, ਤਾਂ ਕਿ ਆਪਣਾ ਹਾਲ ਵਗੈਰਾ ਜਾਂ ਹੋਰ ਜਿਹੜੇ ਕੁਛ ਘਾਟਾਂ ਨੇ ਉਹ ਆਪਣੇ ਪੂਰੇ ਕਰਨ।